ਦੋ ਦਿਨ ਦੀ ਕਨਵੈਨਸ਼ਨ ਹੈ ਕੱਲ ਔਰ ਪਰਸੋਂ ਅਤੇ ਸਫ਼ਰ ਅੱਜ ਰਾਤ ਨੂੰ ਸ਼ੁਰੂ ਕਰਨਾ ਅਤੇ ਕੱਲ੍ਹ ਸੁਬਹਾ ਪਹੁੰਚਣਾ। ਸਫ਼ਰ ਦੇ ਵਾਸਤੇ ਜਿਹੜੇ ਖੁਦਾ ਦੇ ਖਾਦਮ ਜਾ ਰਹੇ ਨੇ ਮਿਸਟਰ ਤਰਸੇਮ, ਮਿਸਟਰ ਫਿਲੇਮੂ, ਇੱਕ ਵਕਤ, ਇੱਕ ਮੈਂ, ਇੱਕ ਡੈਨੀਏਲ ਦਾਨਾ ਬ੍ਰਦਰ, ਅਤੇ ਇਹਨਾਂ ਸਾਰਿਆਂ ਦੇ ਵਾਸਤੇ ਗੱਡੀ ਵਾਸਤੇ ਹੱਥ ਉਠਾ ਕੇ ਧਾਰਨ ਕਰੋ। ਹਾਲੇਲੂਇਆ। ਜਦੋਂ ਵੀ ਕਲਾਮ ਦੇ ਲਈ ਦੁਆ ਕਰਨੀ ਆ ਤਾਂ ਛੋਟੇ ਸ਼ਬਦਾਂ 'ਚ ਜਿਹੜੀ ਜ਼ਰੂਰਤ ਹੋਵੇ ਉਹਦੇ ਲਈ ਦੁਆ ਕਰੋ, ਓਨੀ ਕੁ ਕਹਾਣੀ ਜੀ ਨਹੀਂ ਬਣਾ ਕੇ ਦੁਆ ਕਰਨੀ ਬਸ। ਅਤੇ ਸਾਡੇ ਭਾਅ ਜੀ ਸਾਬੀ ਨੇ ਤਲਵੰਡੀ ਤੋਂ, ਉਹਨਾਂ ਨੇ ਵੀ ਤਾਰੀਫ ਕਰਨੀ। ਹਾਲੇਲੂਇਆ। ਪੜ੍ਹੀਏ ਯੋਹੰਨਾ ਦੀ ਅੰਜੀਲ ਬਾਬ 6 ਐਤ 40। ਜਲਦੀ ਕਰੋ। ਉਰਦੂ ਚ ਪੜ੍ਹੀਏ। ਮੇਰੇ ਬਾਪ ਦੀ ਇਹ ਮਰਜ਼ੀ ਹੈ। ਇੰਗਲਿਸ਼ ਵਿੱਚ ਜਿਹੜਾ ਪਹਿਲਾਂ ਪੜ੍ਹੇ ਮੇਰਾ ਅੱਖਾਂ ਬੰਦ ਕਰ ਇਹਦੀ ਆਵਾਜ਼ ਜਾਂਦੀ ਹੈ ਨਾ ਬਾਹਰ ਤੇ ਬੋਲੋ ਆਏ ਖੁਦਾ ਮੇਰੇ ਬਾਰੇ ਤੇਰੀ ਮਰਜ਼ੀ ਕੀ ਹੈ। ਆਏ ਖੁਦਾ ਮੇਰੇ ਬਾਰੇ ਤੇਰੀ ਮਰਜ਼ੀ ਕੀ ਹੈ। ਇੱਕ ਵਾਰੀ ਸਾਰੇ ਬੋਲੋ, ਜਿਹੜਾ ਨਹੀਂ ਬੋਲੇਗਾ ਉਹਨੂੰ ਇਕੱਲੇ ਨੂੰ ਖੜ੍ਹੇ ਹੋ ਕੇ 7 ਵਾਰੀ ਬੋਲਣਾ ਪਏਗਾ। ਮੈਂ ਅੱਖਾਂ ਬੰਦ ਕਰ ਲਈਆਂ ਨੇ ਹੁਣ, ਤੁਸੀਂ ਸਾਰਿਆਂ ਨੇ ਬੋਲਣਾ ਤਾਂ ਠੀਕ ਹੈ, ਜਿਹੜਾ ਨਹੀਂ ਬੋਲੇਗਾ ਉਹ ਇਕੱਲਾ ਉੱਠ ਕੇ 7 ਵਾਰੀ ਬੋਲੇਗਾ। ਆਏ ਖੁਦਾ ਦੱਸ ਮੇਰੇ ਬਾਰੇ ਤੇਰੀ ਕੀ ਮਰਜ਼ੀ ਹੈ। ਸੁਣਿਆ ਪਹਿਲਾਂ ਐਤ ਕਿਹੜੀ ਪੜ੍ਹੀ? ਖੁਦਾ ਨੇ ਕਿਹਾ
ਇਹ ਮੇਰੀ ਮਰਜ਼ੀ ਆ, ਜੋ ਕੋਈ ਮੇਰੇ ਬੇਟੇ ਨੂੰ ਦੇਖੇ ਅਤੇ ਨਿਰਾ ਦੇਖੇ ਹੀ ਨਹੀਂ ਉਹਦੇ ਉੱਤੇ ਨਿਸ਼ਚਾ ਕਰੇ, ਨਿਰੀ ਨਿਸ਼ਚਾ ਨਾ ਕਰੇ, ਮੇਰੇ ਬੇਟੇ ਨੂੰ ਦੇਖਣ ਵਾਲਾ ਵਿਸ਼ਵਾਸ ਕਰੇ। ਕੀ ਵਿਸ਼ਵਾਸ ਕਰੇ? ਕੀ ਵਿਸ਼ਵਾਸ ਕਰੇ? ਵਿਸ਼ਵਾਸ ਨੰਬਰ ਇੱਕ, ਤੇਰਾ ਕਲਾਮ ਯਿਸੂ ਮਸੀਹ ਜਦੋਂ ਮੇਰੇ ਜਿਸਮ ਦੇ ਵਿੱਚ ਆਏਗਾ, ਤੁਹਾਨੂੰ ਹੁਣ ਪੜ੍ਹਨ ਦੀ ਲੋੜ ਨਹੀਂ, ਮੈਂ ਆਪੇ ਦੱਸੀ ਜਾਊਂਗਾ, ਅਤੇ ਤੁਸੀਂ ਬਾਈਬਲ ਤੋਂ ਵੇਖਣਾ ਹਟ ਕੇ ਅਤੇ ਅੱਖ ਤਾਂ ਨੂੰ ਕਰਕੇ ਅਤੇ ਇਹ ਕਲਾਮ ਸੁਣੋ। ਮੈਂ ਆਪਣਾ ਕਲਾਮ ਭੇਜ ਕੇ ਤੈਨੂੰ ਚੰਗਾ ਕਰੂੰਗਾ ਅਤੇ ਤੇਰੀ ਹਲਾਕਤ ਤੋਂ ਤੈਨੂੰ ਬਚਾ ਕੇ ਰੱਖੂੰਗਾ। ਪਹਿਲਾ ਵਿਸ਼ਵਾਸ, ਸ਼ਿਫਾ ਵਾਸਤੇ ਵੋ ਆਪਣਾ ਕਲਾਮ ਨਾਜ਼ਿਲ ਫਰਮਾ ਕਰ ਉਨਕੋ ਸ਼ਿਫਾ ਦੇਤਾ ਹੈ ਔਰ ਉਨਕੋ ਉਨਕੀ ਹਲਾਕਤ ਸੇ ਰਿਹਾਈ ਬਖਸ਼ਤਾ ਹੈ। ਜਦੋਂ ਉਹਦਾ ਵਚਨ, ਉਹਦਾ ਸ਼ਬਦ ਤੇਰੇ ਜਿਸਮ ਦੇ ਵਿੱਚ ਆਏਗਾ, ਜੇ ਤੂੰ ਜਿਸਮ 'ਚ ਜਾਣ ਦਿੱਤਾ, ਜੇ ਤੂੰ ਇਹ ਵਚਨ ਜਿਸਮ ਤੱਕ ਜਾਣ ਦਿੱਤਾ, ਫਿਰ ਇਹ ਵਚਨ ਆਏਗਾ ਤੇਰੇ ਵਿੱਚ, ਅਤੇ ਜਦੋਂ ਤੇਰੇ ਵਿੱਚ ਆਏਗਾ ਇਹ ਵਾਲਾ ਵਚਨ, ਤਾਂ ਤੇਰੇ ਜਿਸਮ ਦਾ ਰੋਗ ਦੂਰ ਹੋਵੇਗਾ। ਨੰਬਰ ਦੋ, ਹੇ ਸਾਰੇ ਥੱਕੇ ਮਾਂਦੇ ਬੋਝ ਹੇਠ ਦੱਬੇ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਮੇਰਾ ਕਲਾਮ ਆ ਕੇ ਸੁਣੋਗੇ ਅਤੇ ਤੁਹਾਡੇ ਜਿਸਮ ਦੇ ਵਿੱਚੋਂ ਰੋਗ ਚਲਾ ਜਾਏਗਾ ਇਸ ਕਲਾਮ ਨਾਲ ਜਿਹੜਾ ਮੈਂ ਤੁਹਾਡੇ ਨਾਲ ਕੀਤਾ। ਫਿਰ ਮੇਰਾ ਜੂੜਾ ਆਪਣੇ ਉੱਪਰ ਉਠਾ ਲਵੋ, ਮੇਰਾ ਜੂੜਾ ਆਪਣੇ ਉੱਪਰ ਉਠਾ ਲਵੋ, ਫਿਰ ਤੁਹਾਡੀਆਂ ਜਾਨਾਂ ਆਰਾਮ ਪਾਉਣਗੀਆਂ, ਨਹੀਂ ਤੇ ਬਿਨ ਮੱਛਲੀ ਬਿਨ ਪਾਣੀ ਮੱਛਲੀ ਤੜਪਦੀ ਆ, ਤੇਰੀ ਜਾਨ ਇਤਨਾ ਤੜਪਦੀ ਰਹੇਗੀ। ਇਮਾਨ ਨੰਬਰ ਤਿੰਨ, ਬੋਲੋ, ਮੇਰੇ ਇਮਾਨ ਦਾ ਮਕਸਦ ਮੇਰੀ ਜਾਨ ਆਰਾਮ ਪਾਵੇ, ਮੇਰਾ ਜਿਸਮ ਆਰਾਮ ਪਾਵੇ। ਉਹ ਖੁਦਾ ਕਹਿੰਦਾ ਮੇਰਾ ਮਕਸਦ, ਇਮਾਨਦਾਰ ਕਹਿੰਦਾ ਮੇਰਾ ਮਕਸਦ ਇਹ ਨਹੀਂ
ਮੇਰਾ ਮਕਸਦ ਇਹ ਆ ਤੇਰਾ ਕਲਾਮ ਮੇਰੀ ਰੂਹ ਤੱਕ ਪਹੁੰਚੇ ਅਤੇ ਤੇਰਾ ਕਲਾਮ ਮੇਰੀ ਰੂਹ ਨੂੰ ਨਜਾਤ ਦੇ ਦੇਵੇ। ਅਸਮਾਨ ਵਿੱਚ ਕਿਸੇ ਮੌਜਜ਼ੇ ਦੀ ਖੁਸ਼ੀ ਨਹੀਂ ਹੋਈ ਕਦੀ, ਕਿਸੇ ਮੌਜਜ਼ੇ ਦੀ ਖੁਸ਼ੀ ਕਦੀ ਨਹੀਂ ਹੋਈ। ਸਾਰੇ ਬੱਚੇ ਬੋਲੋ, ਅਸਮਾਨ ਵਿੱਚ ਕਿਸੇ ਮੌਜਜ਼ੇ ਦੀ ਖੁਸ਼ੀ ਨਹੀਂ ਹੋਈ। ਮਰਿਆ ਜ਼ਿੰਦਾ ਹੋ ਜਾਵੇ ਅਸਮਾਨ ਵਿੱਚ ਕੋਈ ਖੁਸ਼ੀ ਨਹੀਂ। ਖੁਦਾ ਦੇ ਲੱਖਾਂ ਫਰਿਸ਼ਤੇ ਖੁਸ਼ੀ ਕਰਦੇ ਨੇ ਜਦੋਂ ਕਲਾਮ ਤੇਰੀ ਰੂਹ ਤੱਕ ਪਹੁੰਚਦਾ, ਫਿਰ ਤੂੰ ਤੌਬਾ ਕਰ ਲੈਂਦਾ, ਫਿਰ ਤੂੰ ਬਪਤਿਸਮਾ ਲੈ ਲੈਂਦਾ, ਤੇਰੀ ਰੂਹ ਮੌਤ ਵਿੱਚੋਂ ਨਿਕਲ ਕੇ ਜ਼ਿੰਦਗੀ 'ਚ ਦਾਖਲ ਹੋ ਜਾਂਦੀ। ਫਿਰ ਅਸਮਾਨ ਵਿੱਚ ਖੁਦਾ ਦੇ ਫਰਿਸ਼ਤੇ ਖੁਸ਼ੀ ਕਰਦੇ ਨੇ। ਸਾਡੇ ਬੱਚੇ ਬੋਲੋ, ਆਸਮਾਨ ਵਿੱਚ ਕਿਸੇ ਮੌਜਜ਼ੇ ਦੀ ਖੁਸ਼ੀ ਨਹੀਂ ਹੁੰਦੀ ਜਿਹਦੀ ਰੂਹ ਮੌਤ ਵਿੱਚੋਂ ਨਿਕਲ ਜਾਵੇ, ਜ਼ਿੰਦਗੀ ਵਿੱਚ ਦਾਖਲ ਹੋ ਜਾਏ, ਉਦੋਂ ਸਾਰੇ ਫਰਿਸ਼ਤੇ ਵੀ ਖੁਸ਼ੀ ਮਨਾਉਂਦੇ। ਇਸੀ ਈਮਾਨ ਦੇ ਤਿੰਨ ਪੀਸ, ਤਿੰਨ ਹਿੱਸੇ ਅੱਜ ਬੋਲੋ, ਆਏ ਖੁਦਾ ਮੇਰੇ ਬਾਰੇ ਤੇਰੀ ਕੀ ਮਰਜ਼ੀ? ਬਾਪ ਦੀ ਇਹ ਮਰਜ਼ੀ ਹੈ ਗਰੀਬ ਨੂੰ, ਗਰੀਬ ਨਹੀਂ ਕਹਿਣਾ, ਲਫ਼ਜ਼ ਬੋਲਣ ਦੀ ਤਾਮੀਜ਼ ਸਿੱਖਣੀ ਹੈ ਤੁਸੀਂ। ਬੋਲੋ, ਗਰੀਬ ਨਹੀਂ ਕਹਿਣਾ, ਗਰੀਬ ਕਹਿਣਾ। ਗੱਗੇ ਥੱਲੇ ਬਿੰਦੀ ਪਾਉਣੀ ਹੈ, ਉਰਦੂ ਵਿੱਚ ਗੈਨ ਨਾਲ ਪੜ੍ਹਨਾ। ਲਫ਼ਜ਼ਾਂ ਦੀ ਇੱਜ਼ਤ ਕਰੋਗੇ ਨਾ ਅਤੇ ਲਫ਼ਜ਼ ਦੇਣ ਵਾਲੇ ਦੀ ਤੁਸੀਂ ਇੱਜ਼ਤ ਕਰੋਗੇ। ਬੋਲੋ, ਉਹ ਗਰੀਬ ਨੂੰ, ਸਮਝ ਗਏ, ਗਰੀਬ ਨੂੰ ਖਾਕ ਵਿੱਚੋਂ ਉਠਾ ਲੈਂਦਾ, ਖਾਕ ਵਿੱਚੋਂ ਉਠਾ ਲੈਂਦਾ, ਕੰਗਾਲ ਨੂੰ ਘਿਊਰੇ ਵਿੱਚੋਂ ਕੱਢ ਕੇ ਖੜਾ ਕਰ ਦਿੰਦਾ। ਤੇ ਸ਼ਹਿਜ਼ਾਦਿਆਂ ਵਿੱਚ ਬਿਠਾ ਦਿੰਦਾ, ਕਿੰਨਾ ਵਿੱਚ? ਬੋਲੋ ਬੋਲੋ, ਸ਼ਹਿਜ਼ਾਦਿਆਂ ਦੇ ਵਿੱਚ ਬਿਠਾ ਦਿੰਦਾ। ਤੇ ਨਿਹਰਾ ਬਿਠਾ ਨਹੀਂ ਦਿੰਦਾ,
ਜਿਸ ਤਖ਼ਤ 'ਤੇ ਤੈਨੂੰ ਬਿਠਾ ਦਿੰਦਾ, ਜਿਸ ਤਖ਼ਤ 'ਤੇ ਤੈਨੂੰ ਬਿਠਾ ਦਿੰਦਾ, ਉਹ 5 ਸਾਲਾਂ ਤਖ਼ਤ ਨਹੀਂ, ਉਹ ਸਾਡੇ ਹਿੰਦੁਸਤਾਨ ਦੇ ਤਾਰੀਫ ਕਰੋ, ਹੱਥ ਉਠਾ ਕੇ ਤਾਰੀਫ ਕਰੋ। ਇਹ ਖੁਦਾ ਬਾਪ ਦੀ ਮਰਜ਼ੀ ਤੇਰੇ ਵਾਸਤੇ, ਤੇਰੇ ਵਾਸਤੇ, ਤੇਰੇ ਵਾਸਤੇ, ਇਹ ਬੇਟੀ ਤੇਰੇ ਵਾਸਤੇ, ਇਹ ਮਰਜ਼ੀ ਤੇਰੇ ਵਾਸਤੇ, ਇਹ ਖੁਦਾ ਦੀ ਮਰਜ਼ੀ ਸਿਰਫ ਤੇਰੇ ਵਾਸਤੇ। ਮੇਰੇ ਖੁਦਾ ਦੀ ਇਹ ਮਰਜ਼ੀ ਆ, ਤੈਨੂੰ ਖਾਕ ਵਿੱਚੋਂ ਕੱਢੇ, ਕੰਗਾਲ ਨੂੰ ਗਿਊੜੇ ਵਿੱਚੋਂ ਕੱਢੇ, ਸ਼ਹਿਜ਼ਾਦਿਆਂ ਵਿੱਚ ਬਿਠਾਵੇ, ਸ਼ਹਿਜ਼ਾਦਿਆਂ ਵਿੱਚ ਬਿਠਾਵੇ ਨਹੀਂ, ਜਿਸ ਤਖ਼ਤ 'ਤੇ ਤੂੰ ਬੈਠ ਗਿਆ ਉਹ 5 ਸਾਲਾਂ ਨਹੀਂ, ਉਦੋਂ ਤੱਕ ਜਦੋਂ ਤੱਕ ਖੁਦਾ ਰਹੇਗਾ ਤਖ਼ਤ ਹੀ ਤੇਰਾ ਹੋਵੇਗਾ। ਇਹ ਸੀ ਕਲਾਮ, ਅਤੇ ਤੁਸੀਂ ਓਮਾਨ ਵੱਲ ਚਲੇ ਗਏ। ਮੈਨੂੰ ਪਤਾ ਹੁੰਦਾ ਕਿਹੜਾ ਭਾਈ ਕਿੱਥੇ ਹੈ, ਬੋਲੋ ਇਹ ਤੁਹਾਨੂੰ ਪੁੱਛੋ, ਤੁਹਾਨੂੰ ਕਿੱਦਾਂ ਪਤਾ ਪੁੱਛੋ, ਆਦਮੀ ਵੀ ਇੱਦਾਂ ਹੀ ਪਤਾ ਜਿੱਦਾਂ ਤੂੰ ਦੱਸਿਆ। ਬੈਠ ਜਾਓ, ਬੋਲੋ ਜਿਹੜਾ ਕਲਾਮ ਸੁਣੇ ਖੁਦਾ ਦਾ ਉਹਦੇ ਚਿਹਰੇ ਉੱਤੇ ਅੱਜ ਤਜਰਬਾ ਕਰ ਲਓ, ਅੱਜ ਹੁਣੇ ਤਜਰਬਾ ਕਰਕੇ ਦੇਖ ਲਓ, ਉਹਦੇ ਚਿਹਰੇ ਉੱਤੇ ਨੂਰ ਬਰਸੇਗਾ, ਚਿਹਰੇ ਉੱਤੇ ਨੂਰ ਬਰਸੇਗਾ। ਅਤੇ ਜਦੋਂ ਦੀ ਸੰਗਤ ਵਿੱਚੋਂ ਜਾਓਗੇ ਨਾ ਨਿਕਲ ਕੇ, ਉਦੋਂ ਲੋਕ ਜ਼ਰੂਰ ਤੁਹਾਡਾ ਚਿਹਰਾ ਵੇਖ ਕੇ ਕਹਿਣਗੇ ਯਾਰ ਅੱਜ ਬੜੀ ਖੁਸ਼ ਹੋ, ਅਤੇ ਖੁਸ਼ੀ ਕਿੱਥੇ ਲਿਖੀ ਹੈ, ਮੱਥੇ 'ਤੇ, ਤੇਰਾ ਚਿਹਰਾ ਜਲਾਲ ਦਾ ਹੋ ਜਾਣਾ। ਇਸ ਵਾਸਤੇ ਬੋਲੋ, ਜਦੋਂ ਖੁਦਾ ਹਜ਼ੂਰ, ਖੁਦਾ ਦੇ ਹਜ਼ੂਰ ਵਿੱਚੋਂ ਮੂਸਾ ਆਉਂਦਾ, ਉਹਦੀ ਉਮਰ 80 ਸਾਲ ਦੀ ਸੀ। ਜਿੱਦਣ ਖੁਦਾ ਨਾਲ ਮੁਲਾਕਾਤ ਹੋਈ, 40 ਸਾਲ ਤੱਕ ਜਦੋਂ ਖੁਦਾ ਦੀ ਹਜ਼ੂਰੀ ਵਿੱਚੋਂ ਆਉਂਦਾ ਸੀ, 120 ਸਾਲ ਤੱਕ ਨਾ ਨਜ਼ਰ ਕਮਜ਼ੋਰ ਹੋਈ, ਨਾ ਸਰੀਰ ਕਮਜ਼ੋਰ ਹੋਇਆ, ਨਾ ਚਿਹਰੇ ਦਾ ਰੰਗ ਬਦਲਿਆ। ਇਤਨਾ ਕਹਿੰਦੇ ਕਲਾਮ। ਹੁਣ ਬੋਲੋ, ਮੇਰੇ ਬਾਪ ਦੀ ਮਰਜ਼ੀ ਇਹ ਹੈ, ਜਿਹੜਾ ਕੋਈ ਬੇਟੇ ਨੂੰ ਵੇਖੇ
ਬੋਲੋ, ਜਿੰਨੀਆਂ ਤਸਵੀਰਾਂ ਯਿਸੂ ਮਸੀਹ ਦੀਆਂ ਬਣੀਆਂ ਹੋਈਆਂ ਹਨ ਇਸ ਧਰਤੀ ਉੱਤੇ, ਇੱਕ ਵੀ ਤਸਵੀਰ ਯਿਸੂ ਦੀ ਨਹੀਂ। ਜੇ ਯਿਸੂ ਦੀ ਤਸਵੀਰ, ਯਿਸੂ ਦੀ ਤਸਵੀਰ ਇਹਨਾਂ ਕਾਗਜ਼ਾਂ ਅਤੇ ਪੱਥਰਾਂ ਅਤੇ ਸੋਨੇ ਚਾਂਦੀ ਉੱਤੇ ਹੈ ਤਾਂ ਫਿਰ ਉਹ ਯਿਸੂ ਹੀ ਨਹੀਂ। ਯਿਸੂ ਦੀ ਤਸਵੀਰ ਸੰਤ ਲੋਕ ਪਾਕ ਨੂੰ ਤੇਰੇ ਵਿੱਚ ਪੈਦਾ ਕਰਦੇ। ਲੋਕ ਇਹਨਾਂ ਤਸਵੀਰਾਂ ਨੂੰ ਵੇਖ ਕੇ, ਜ਼ੋਰ ਨਾਲ ਬੋਲੋ ਸਾਰੇ ਬੱਚੇ ਬੋਲੋ, ਹੈਲੋ, ਇਹਨਾਂ ਤਸਵੀਰਾਂ ਨੂੰ ਵੇਖ ਕੇ ਕਦੀ ਯਿਸੂ ਨਹੀਂ ਮੰਨਣਾ। ਨਾ ਸੀ ਯਿਸੂ, ਨਾ ਹੈ ਯਿਸੂ, ਨਾ ਹੋ ਸਕਦਾ ਹੈ ਯਿਸੂ। ਯਿਸੂ ਤੇਰੇ ਵਿੱਚ ਤਿਆਰ ਹੋਣਾ। ਕਦੀ ਤਸਵੀਰ ਨੂੰ ਯਿਸੂ ਦੀ ਤਸਵੀਰ ਨਹੀਂ ਕਹਿਣਾ। ਲਗਭਗ 14 ਐਕਟਰ ਨੇ ਜਿਹਨਾਂ ਯਿਸੂ ਮਸੀਹ ਦੀ ਫਿਲਮਾਂ ਬਣਾਈਆਂ, ਉਹਨਾਂ ਨੇ ਹੱਥ ਜੋੜ ਕੇ ਕਿਹਾ, ਇਹ ਫਿਲਮ ਜੇ ਬਹੁਤ ਠੇਠ ਪੰਜਾਬੀ 'ਚ ਬੋਲਣਾ ਤਾਂ ਇਹਨੂੰ ਤਮਾਸ਼ਾ ਕਹਿ ਸਕਦੇ ਹੋ, ਜੇ ਹੋਰ ਗੂੜਾ ਬੋਲਣਾ ਤਾਂ ਡਰਾਮਾ ਕਹਿ ਸਕਦੇ ਹੋ। ਡਰਾਮਾ ਨਕਲ ਹੁੰਦੀ ਹੈ, ਅਸਲ ਤਸਵੀਰ ਤੇਰੇ ਵਿੱਚ ਯਿਸੂ ਦੀ ਬਣਨੀ ਹੈ। ਕਿੰਨੇ ਚਾਹੁੰਦੇ ਹੋ ਮੇਰੇ ਅੰਦਰ ਯਿਸੂ ਦੀ ਤਸਵੀਰ ਬਣੇ? ਤਾਰੀਫ ਕਰੋ। ਸੁਣਦੇ ਹੋ, ਹਿੰਦੁਸਤਾਨ ਵਿੱਚ, ਸਾਡੇ ਦੇਸ਼ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਉਦੋਂ ਬਾਅਦ ਹਰ ਇੱਕ ਰਾਸ਼ਟਰਪਤੀ 5 ਸਾਲ ਵਾਸਤੇ ਬਣੇ। ਜਿਹੜਾ ਰਾਸ਼ਟਰਪਤੀ ਬਣਦਾ ਉਹਨੂੰ ਵੋਟਾਂ ਕਿੰਨੀਆਂ ਕੁ ਪੈਂਦੀਆਂ ਨੇ, ਜਿੰਨੀਆਂ ਕੁ ਪਾਈਆਂ ਹੁੰਦੀਆਂ ਉਹਨਾਂ ਮੰਤਰੀਆਂ ਦੀਆਂ ਵੀ ਪੈਂਦੀਆਂ ਨੇ, ਫਿਰ ਜਿਹਨਾਂ ਮੰਤਰੀਆਂ ਕਿੰਨੀਆਂ, ਫਿਰ ਪ੍ਰਧਾਨ ਮੰਤਰੀ ਦੀ ਵੀ ਵੋਟ ਪੈਂਦੀ ਹੈ। ਦੇਖ ਲਓ, 5 ਸਾਲ ਬਾਅਦ ਤੇ ਰਾਸ਼ਟਰਪਤੀ ਬਣਨਾ ਤੇ ਖਰਚਾ ਤਾਂ ਨਹੀਂ ਹੋਊ, ਤਾਂ ਖੜਾ ਹੋ ਇਹਨੂੰ ਪੜ੍ਹਾਈਏ, ਮੈਂ ਬੜਾ ਹੁਸ਼ਿਆਰ ਆ। ਉਹ ਜਿਹਨੇ ਰਾਸ਼ਟਰਪਤੀ ਬਣਨਾ ਤੇ ਉਹਦਾ ਖਰਚਾ ਤਾਂ ਨਹੀਂ ਹੋਣਾ, ਤੈਨੂੰ ਕਿਹਨੇ ਦੱਸਿਆ? ਜਿਹੜਾ ਪਿੰਡ ਦਾ ਸਰਪੰਚ ਬਣੂ 5 ਸਾਲ ਵਾਸਤੇ, ਉਹਦਾ ਖਰਚਾ ਤਾਂ ਨਹੀਂ ਹੋਣਾ। ਜਿਹੜਾ ਮੈਂਬਰ ਬਣੇਗਾ ਉਹਦਾ ਖਰਚਾ ਤਾਂ ਨਹੀਂ ਹੋਣਾ ਹੋਣਾ। ਅੱਛਾ, ਹੁਣ ਆਪ ਹੀ ਦੱਸ ਦਿਓ ਇਹ ਕਿੰਨਾ ਕੁ ਖਰਚਾ ਹੋਊਗਾ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਬਣਨ ਤੱਕ? ਬੋਲੋ, ਇਹ ਖਰਚਾ ਕਿੰਨਾ ਹੋਊ? ਜ਼ੋਰ ਬੋਲੋ, ਉਹਦੇ ਜੇ ਸਿੱਖਣਾ ਤਾਂ ਬੋਲੋ। ਸੁੱਚਾ ਸਿੰਘ, ਸੁੱਚਾ ਸਿੰਘ ਵੀ ਸਿੰਘ ਹੀ ਹੈ। ਹਾਂ ਸੁੱਚਾ ਸਿੰਘ,
ਇਹ ਬੇਟਾ ਕੀ ਕਹਿ ਰਿਹਾ? ਕਹਿੰਦਾ ਵੀ ਖਰਚਾ ਹੋਵੇਗਾ ਬਹੁਤ, ਫਿਰ ਰਾਸ਼ਟਰਪਤੀ ਤਖ਼ਤ 'ਤੇ ਬਹਿਗਾ, ਉਹ ਵੀ ਕਿੰਨੇ ਸਾਲ ਵਾਸਤੇ, ਅਤੇ ਉਹ ਕਿੰਨਾ ਕਿੰਨਾ ਖਰਚਾ ਹੋਵੇਗਾ ਤੈਨੂੰ ਸਦਾ ਦੇ ਤਖ਼ਤ 'ਤੇ ਬਿਠਾਉਣ ਵਾਸਤੇ, ਉਹ ਵੀ ਜਲਾਲੀ ਤਖ਼ਤ 'ਤੇ। ਬੋਲੋ ਕੀ ਖਰਚਾ ਹੋਵੇਗਾ? ਜ਼ੋਰ ਨਾਲ ਬੋਲੋ, ਬੋਲੋ। ਸੇਵਕਾਂ ਦਾ ਖੂਨ ਖਰਚ ਹੋਵੇਗਾ। ਮੈਂ ਭਲਾ ਕਿਹਾ ਸੀ ਪੱਖਾ ਬੰਦ ਕਰ ਦਿਓ, ਭਲਾ ਕਿਉਂ ਕਿਹਾ ਸੀ? ਇਸ ਲਈ ਕਿਹਾ ਸੀ ਕਿ ਤੁਹਾਡੀ ਆਵਾਜ਼ ਨਹੀਂ ਗਿਆ। ਬੋਲੋ, ਮੇਰੇ ਬਾਪ ਦੀ ਇਹ ਮਰਜ਼ੀ ਜਿਹੜਾ ਕੋਈ ਯਿਸੂ ਨੂੰ ਵੇਖੇ, ਜਿੰਨੇ ਕਾਗਜ਼ ਦੇ ਯਿਸੂ ਦੇ ਸਾਹਮਣੇ ਮੱਥੇ ਟੇਕਦੇ ਨੇ ਅਤੇ ਉਹਦੇ ਨਾਲ ਮੂੰਹ ਕਰਕੇ ਕਹਿੰਦੇ ਯਿਸੂ ਲੈ ਲਗਾ, ਉਹ ਸਾਰੇ ਬੁੱਧ ਪ੍ਰਸੰਗੀ ਬਹੁਤ ਛੇਤੀ ਘਰਾਂ ਵਿੱਚੋਂ, ਕਿਉਂਕਿ ਅਰਕਾਂ ਨੇ ਕਿਹਾ ਦੂਰ ਦੀਆਂ ਤਸਵੀਰਾਂ ਨੇ, ਕਹਿੰਦੇ ਅਸੀਂ ਯਿਸੂ ਨੇ ਅਤੇ ਨਾ ਸਾਨੂੰ ਯਿਸੂ ਕਰਕੇ ਮੰਨੇ। ਅਸੀਂ ਐਕਟ ਕੀਤੀ ਹੈ, ਜਿਹੜੇ ਕੋਲੇ ਖਾਧੇ ਸੀ ਨਾ ਜਿਸ ਐਕਟ ਨੇ, ਅਤੇ ਉਹ ਕੋਲੇ ਨੂੰ ਮਾਰਦੇ ਸੀ ਨਾ ਅਤੇ ਹਰ ਇੱਕ ਨੂੰ ਰੋਣਾ ਆ ਜਾਂਦਾ ਸੀ। ਉਹਨਾਂ ਐਕਟ ਵੀ ਇੱਕ ਗੱਲ ਕੀਤੀ ਦੇਖਣ ਵਾਲੇ ਰੋਂਦੇ ਸਨ, ਪਰ ਕਹਿੰਦੇ ਅਸੀਂ ਸੱਚੇ ਨਹੀਂ, ਅਸੀਂ ਐਕਟ ਕਰ ਰਹੇ ਐਕਟ ਐਕਟਰ ਐਕਟਰ ਤੁਸੀਂ ਵਿਸ਼ਵਾਸੀ ਬਣਨਾ, ਐਕਟਰ ਨਹੀਂ। ਇਸ ਲਈ ਇਸ ਇਮਾਰਤ ਵਿੱਚ ਕਦੇ ਨਾਚ ਰੰਗ ਨਹੀਂ ਹੋਇਆ, ਜਦੋਂ ਕੋਈ ਖੁਸ਼ੀ ਨਾਲ ਨਾਚ ਰੰਗ ਦੇਖਣ ਜਾ ਰਹੇ ਕਲਾਮ ਸੁਣ ਰਹੇ। ਮੌਤ ਵਿੱਚੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਜਾਏ, ਜਿਹੜਾ ਇਸ ਨੂੰ ਵੇਖੇ, ਤੁਸੀਂ 100 ਐਪ ਪੜ੍ਹਾ ਕੇ ਸੁਣਾ ਦਿਓ, ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਕਿੰਨੀ ਮਿਹਨਤ ਧਿਆਨ ਨਾਲ ਸੁਣਿਓ, ਸ਼ਾਮ ਤੇ ਕੌਣ ਲੰਗਰੇ ਨੂੰ ਚੁੱਕ ਕੇ ਖੜਦਾ? ਕੋਈ ਆਪਣਾ ਹੋਵੇ ਤਾਂ ਖੜੇ ਕਰੇ, ਕੋਈ ਆਪਣਾ ਹੋਵੇਗਾ ਤੇ ਫੇਰ ਹੀ ਕਦੇ ਜਾਂਦਾ। ਲੰਗੜੇ ਨੂੰ ਜਾਂਦੇ ਨੇ ਤਾਂ ਲੰਗੜਾ ਕਹਿੰਦਾ ਕਿ ਮੈਨੂੰ ਅੰਦਰ ਕਿਉਂ ਨਹੀਂ ਖੜਦੇ ਹੈ ਲੰਗੜੇ 'ਚ, ਕਿਹੜੇ ਤੈਨੂੰ ਉੱਥੇ ਵੀ ਬਿਠਾ ਦਿੰਦੇ ਜੇ ਕਲਾਮ ਸੁਣ ਕੇ ਬਚ ਜਾਏ
ਤੈਨੂੰ ਅਸੀਂ ਬਿਜਨਸ ਵਾਸਤੇ ਰੱਖਿਆ, ਭੈਣ ਨੂੰ ਭਰਾ ਦਾ ਬਿਜਨਸ ਕਰਦੀ ਹੈ। ਹੈਲੋ, ਭੈਣ ਵੀ ਭਰਾ ਦਾ ਬਿਜਨਸ ਕਰਦੀ ਆ, ਕਦੇ ਕਦੇ ਮਾਂ ਵੀ ਸ਼ੌਕ ਵਿੱਚ ਕਹਿ ਦਿੰਦੀ ਆ, ਜੇ ਪੁੱਤ ਮੈਨੂੰ ਪਤਾ ਹੁੰਦਾ ਕਿ ਤੂੰ ਆਪਣੇ ਘਰ ਵਾਲੀ ਦਾ ਹੀ ਬਣ ਜਾਣਾ ਤੇ ਮੈਂ ਨਿੱਕੇ ਹੁੰਦੇ ਨੂੰ ਤੇਰੇ ਗਲੇ ਨੂੰ ਤੇਲ ਲਾ ਦੇਣਾ ਸੀ। ਪੈਦਾ ਕਰਕੇ ਮੈਨੂੰ ਪਛਾਉਂਦੀਆਂ ਨੇ ਜਾਂ ਨਹੀਂ? ਬੋਲੋ, ਤੁਸੀਂ ਕਰਦੇ ਇਹਦੀ ਸੱਚਾਈ ਤੋਂ ਵਾਪਸ ਹੋ ਜਾਓ। ਸਦੇ ਸਨ, ਬੋਲੋ, ਸਦਿਆਂ ਉੱਤੇ ਸੱਤ ਨਹੀਂ ਹੁੰਦਾ, ਸੱਤ ਸੱਤ ਤੇ ਸਾਰੀ ਕੁਦਰਤ ਸੱਤ ਵਿੱਚ ਹੁੰਦੀ ਹੈ। ਮੈਂ ਡਾਕਟਰ ਤੇ ਨਹੀਂ, ਨਾ ਮੈਂ ਹਕੀਮ ਹੈ, ਪਰ ਅੱਜ ਕਿੰਨੀ ਕਰ ਤੁਹਾਨੂੰ ਤਜਰਬਾ ਦੱਸਣਾ ਚਾਹੁੰਦਾ। ਪੁੱਛੋ ਕੀ, ਬੋਲੋ, ਕੇਲਾ ਖਾਂਦੇ ਹੋ ਨਾ? ਕੋਈ ਨਹੀਂ ਖਾਂਦਾ, ਤੁਹਾਨੂੰ ਤਾਂ ਕੁਝ ਕੇਲੇ ਦੇਖੇ ਹੀ ਨਹੀਂ। ਅਰੇ ਨਹੀਂ ਆ, ਨਹੀਂ ਕਦੀ ਕੇਲੇ ਦੇਖੇ ਨਹੀਂ, ਕਦਮਾਂ ਕਦਮਾਂ ਦੇ ਗਏ ਹੁੰਦੇ, ਹੱਥ ਦੇ ਹੱਥ ਦੇ ਦਿੱਤੇ, ਕੌਣ ਕਦੀ ਕਿਸੇ ਨੇ ਛਿਲਕੇ ਸਰਨ ਕੇਲਾ ਖਾਧਾ? ਕਿਉਂ? ਜਦੋਂ ਲੋਕੀ ਤੋੜ ਕੇ ਦਿੰਦੇ ਨੇ ਕੇਲੇ ਤੁਹਾਨੂੰ, ਤੇ ਛਿਲਕੇ ਨੀ ਵਿੱਚ ਤੋੜ ਕੇ ਦਿੰਦੇ? ਬਾਕੀ ਆਪਣੀ ਸਮਝ ਤਜਰਬਾ ਕਰਕੇ ਦੇਖੀ, ਅਜੇ ਨਹੀਂ ਪਰ ਤਜਰਬਾ ਕਰਕੇ ਦੇਖੀ। ਸਦਕਾ ਕਦੀ ਦੇਖਿਆ ਕਿਸੇ ਨੇ? ਆਪਣਾ ਕਰਕੇ ਦੱਸੋ, ਦੇਖਿਆ ਬੰਦੇ ਦੀ ਬਾਬਤ ਕਰਨ ਲੱਗੇ ਆ ਗਏ ਨੇ। ਆ ਕੁੜੀ ਦਾ ਕੀ ਕਹਿੰਦਾ, ਸੁਪਨਾ ਦਾ ਮੁੰਡਾ, ਉਹਨੇ ਵੀ ਕਦੇ ਕਦੇ ਸਦਕਾ ਦੇਖਿਆ ਹੀ ਨਹੀਂ। ਮੈਂ ਤਾਂ ਉੱਠ ਕੇ ਖੜਾ ਹੋ ਗਿਆ, ਕਹਿ ਇੱਦਾਂ ਕਰਾ, ਕਹਿ ਸੰਤਰਾ ਸੰਤਰਾ ਜਾ ਕੇ ਕਿਤੇ ਕਾਰਨ ਤੈਨੂੰ ਫੋਨ ਕਰਨਾ, ਇਹ ਹਜ਼ਾਰ ਜ਼ਰੂਰ ਮਿਲਣਾ ਤੇ ਸਿਖਾਇਆ ਕਰੋ ਇਹਨੂੰ ਕੁਛ। ਸੰਤਰੇ ਦਾ ਉੱਪਰਲਾ ਛਿਲਕਾ ਲਾ ਲਓ, ਬੋਲੋ, ਬਾਕੀ ਕੋਈ ਛਿਲਕਾ ਨਾ ਛਿਲਦੇ, ਬੀ ਕੱਢ ਦਿਓ। ਇਹ ਮੈਂ ਡਾਕਟਰ ਨਹੀਂ, ਨਾ ਮੈਂ ਹਕੀਮ ਹੈ, ਮੈਂ ਮਹਿਰਾ ਦੇ ਮੁਤਾਬਕ ਦੱਸ ਰਿਹਾ। ਬੋਲੋ, ਜਿਹੜੇ ਉੱਤੇ ਤਾਂਗਦੇ ਹੁੰਦੇ ਨੇ ਨਾ, ਉਹਨੂੰ ਵੀ ਉਹਨੂੰ ਚੋੜ ਕੇ ਵੀ ਛਿਲਕਾ ਨਹੀਂ ਸੁੱਟਣਾ। ਤੁਸੀਂ ਰਸ ਕੱਢ ਕੇ ਪੀਣੇ ਨਾ ਸੰਤਰੇ ਦਾ, ਸੰਤਰੇ ਦੇ ਪਾਣੀ ਵਿੱਚ ਇਹ ਤਾਕਤ ਨਹੀਂ,
ਜਿਹਨੂੰ ਸੁੱਖ ਦਿੰਦੇ ਉਹ ਅੰਗੀ ਕੁਝ ਵੇਚਿਆ ਤਾਂ ਤੇ ਬਰਾਤ ਦਾ ਆਪਦਾ ਵਧਾ ਦੇ ਕਿੰਨੇ ਦਿੱਤੀ ਆ ਗਈ ਤੀਹ ਤੀਹ ਪੰਜ ਵਧਾਏ ਤਾਂ ਸੌ ਤੱਕ ਖਾਣੇ ਉਹਦੇ ਵਿੱਚ ਕੀ ਹੁੰਦਾ ਬੋਲੋ ਬੋਲੋ ਵੀ ਪਤਾ ਚਾਹੁੰਦੇ ਸਾਡਾ ਪੇਟ ਸਾਫ਼ ਹੋ ਜਾਵੇ ਸੰਤਰਾ ਖਾਣ ਨਾਲ ਇੱਕ ਤੇ ਆਏਗਾ ਦੁਕਾਨ ਆਏਗਾ ਜਿੰਨਾ ਮਰਜ਼ੀ ਦੀ ਖਾਤਾ ਹੋਵੇ ਉਸ ਸੰਗਤਰੀ ਦਾ ਰਸ ਪਹੁੰਚਾ ਦੇਗਾ ਕਦੇ ਵੀ ਜਿੰਨੀ ਵੀ ਕਿਉਂ ਨਾ ਹੋਵੇ ਜਾਣਾ ਕੋਈ ਜ਼ਿਆਦਾ ਕਰਨੀ ਪਿਸ਼ਾਬ ਹੋ ਜਾਏਗਾ ਉਸ ਚੀਜ਼ ਇੱਕ ਭਾਜੀ ਮੱਝ ਦਾ ਦੁੱਧ ਲਿਆਉਂਦਾ ਸੀ ਤੇ ਉਹ ਲਿਆਉਂਦਾ ਸੀ ਸ਼ੁਕਰਵਾਰ ਦੇ ਸ਼ੁਕਰਵਾਰ ਮੈਂ ਕਿਹਾ ਭਾਜੀ ਦੁੱਧ ਕੋਈ ਅਜੀਬ ਜਿਹਾ ਆ ਇਹਦਾ ਕਾਰਨ ਕੀ ਕਹਿੰਦਾ ਦੁੱਧ ਪਤਾ ਕਿਹੜਾ ਆ ਮੱਝ ਦਾ ਮੈਂ ਕਿਹਾ ਅੱਛਾ ਤੇ ਕਹਿੰਦਾ ਮੱਝ ਨੂੰ ਜੋ ਸਾਰੇ ਪੱਠੇ ਪਾਉਂਦੇ ਨੇ ਤੇ ਪੂਰੀ ਨਹੀਂ ਖਾਂਦੀ ਸਾਰੇ ਕਹਿੰਦਾ ਮੇਰੀ ਮੱਝ ਉਹ ਨਹੀਂ ਮੇਰੀ ਮੱਝ ਅਸਲੀ ਫਲਾਂ ਦਾ ਰਸ ਖਾਂਦੀ ਹੈ ਮੈਂ ਬੜਾ ਹੈਰਾਨ ਹੋ ਗਿਆ ਕਿ ਯਾਰ ਦੁੱਧ ਵਿੱਚ ਸੁਨਹਿਰੇ ਕਣ ਕੇ ਜਵਾ ਗਏ ਤੁਹਾਡੇ ਜੇ ਭਾਂਡੇ ਨੂੰ ਧੋਤੇ ਦੁੱਧ ਬਣਾਉਂਦੇ ਕਿ ਜੇ ਬੁਰਸ਼ ਮਾਰਨ ਵਾਲਾ ਕਹਿੰਦਾ ਪਨੀਕਾ ਵਾਲਾ ਕਿਹਾ ਬੜਾ ਯਾਰ ਮੈਂ ਕਹਿੰਦੀ ਮੇਰਾ ਸਾਥੀ ਦੇ ਸ਼ੀਸ਼ੇ ਦੇ ਭਾਂਡੇ ਰੱਖੋ ਤੁਹਾਨੂੰ ਲੋਹੇ ਦੇ ਪੁਰਸ਼ ਮਾਰਨ ਦੀ ਲੋੜ ਨਾ ਪਵੇ ਤੇ ਸ਼ੀਸ਼ੇ ਦਾ ਬਰਤਨ ਕਦੇ ਜੰਗਾ ਨਾ ਹੋ ਸਕੇ ਹੋ ਸਕੇ ਇਹਨੇ ਵਿਚਾਰ ਖੇਚੋ ਕਰਨ ਲੱਗੇ ਸੁਣ ਲਿਆ ਬਸ ਜੀ ਬੋਲੋ ਸੁਣ ਲਿਆ ਇਹਦਾ ਅਰਥ ਉਹ ਕੀ ਕਰਦੇ ਸੀ ਭਾਜੀ ਤੁਸੀਂ ਪੱਖੇ ਦੇ ਕਿਤੇ ਮਿਲ ਜਾ ਕੇ ਕਿਹੜੇ ਪਿੰਡ ਚ ਉਹ ਤੇ ਮਨਾਉਂਦੇ ਕਿਹੜਾ ਪਿੰਡ ਨਹੀਂ ਜਿੱਥੇ ਖੜੇ ਹੁੰਦੇ ਸੀ ਮੈਨੂੰ ਉਹਨਾਂ ਦੇ ਘਰ ਦੁਆ ਕਰੂ ਤੇ ਝੋਨਾ ਕਿੱਥੇ ਲਾਉਂਦੇ ਸੀ ਅੱਛਾ ਤੇ ਉਹਨਾਂ ਨੇ ਕਿੱਧਰ ਲਾ ਕਿਤੇ ਹੋਈ ਤੁਹਾਨੂੰ ਪੈਲੀ ਉਹਨਾਂ ਨੂੰ ਮੈਂ ਦੱਸਿਆ ਵਾ ਵੀ ਜੋ ਹੋਰ ਉਹਦੀ ਪਾਣੀ ਚਲਾਉਂਦੇ ਕਹਿੰਦੇ ਨਹੀਂ ਚੱਲ ਕੇ ਚਲਾਉਂਦੇ ਗਾਤੇ ਮਾਲ ਕਰ ਨਹੀਂ ਕਰਨਗੇ ਪੈਲੀ ਕਿੰਨਾ ਦੀ ਮਾਲ ਕਰਨੀ ਹੁਣ ਤਾਂ ਵੱਡੀ ਕਰ
ਬਾਣੀ ਤੱਕ ਪੈਂਦੀ। ਜਿਹੜੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਬਾਣੀ ਤੱਕ ਪੈਂਦਾ ਭਾਜੀ ਜਿਹੜੀ ਮੱਝ ਨੂੰ ਉਹ ਸਾਰੇ ਫਲਾਂ ਦੀਆਂ ਦੁਕਾਨਾਂ 'ਤੇ ਜਾਂਦਾ ਸੀ ਅਤੇ ਜਿੰਨੇ ਵੀ ਫਲਾਂ ਦੇ ਰਸ ਹੁੰਦੇ ਨੇ ਨਾ ਅਤੇ ਤੁਸੀਂ ਵੀ ਕੰਮ ਕਰਦੇ ਹੋ ਅਤੇ ਉਹਨਾਂ ਦੇ ਸਾਰੇ ਛਿੜਕੇ ਭਾਵੇਂ ਸੰਤਿਆਂ ਦੇ ਭਾਵੇਂ ਕੇਰਿਆਂ ਦੇ ਕੋਈ ਵੀ ਸਾਰੇ ਛਿੜਕਿਆਂ ਨੂੰ ਮੱਝ ਨੂੰ ਲਿਆ ਕੇ ਜੇ ਖਵਾਉਂਦਾ ਸੀ ਅਤੇ ਉਹਦੀ ਮੱਝ ਦਾ ਦੁੱਧ ਵੀ ਨਿਰਾਲਾ ਸੀ। ਕਿਉਂ ਬੋਲੋ ਬੋਲੋ ਕਿਉਂ? ਖੁਰਾਕ ਉੱਤੇ ਵੀ ਤੰਦਰੁਸਤੀ ਦੇ ਨਿਸ਼ਾਨ ਹੁੰਦੇ ਨੇ। ਇਸ ਦੀ ਮੱਝ ਦੇ ਦੁੱਧ ਦਾ ਸਵਾਦ ਹੀ ਹੋਰ ਸੀ ਕਿਉਂਕਿ ਸਾਰੇ ਬਾਜ਼ਾਰ ਦੇ ਵਿੱਚ ਜਾਂਦਾ ਸੀ ਅਤੇ ਉਹਨਾਂ ਦੀਆਂ ਟੋਕਰੀਆਂ ਵਿੱਚੋਂ ਕੱਢ ਕੱਢ ਕੇ ਅਤੇ ਭਰ ਕੇ ਲੈ ਆਉਂਦਾ ਸੀ ਅਤੇ ਮੱਝ ਨੂੰ ਖਵਾਉਂਦਾ ਸੀ। ਬੋਲੋ, ਇਹ ਤਾਂ ਕਿਤੇ ਵੀ ਨਹੀਂ ਲਿਖਿਆ। ਬੋਲੋ, ਦੁੱਧ ਉੱਤੇ ਦੁੱਧ ਜਾਣੋ ਕੁਝ ਬਦਲਾਵਾ ਖੁਰਾਕ ਮੱਝ ਵੀ ਖਾਵੇ, ਸਹੀ ਖੁਰਾਕ ਉਹਦਾ ਦੁੱਧ ਗਵਾਹ ਹੁੰਦੇ ਆ, ਉਹਦੇ ਦੁੱਧ ਵਿੱਚੋਂ ਫਲਾਂ ਦੀ ਖੁਸ਼ਬੂ ਆਵੇ। ਬੋਲੋ ਕਿੱਦਾਂ? ਬੋਲੋ ਵੀ, ਬੋਲੋ ਬੋਲੋ ਵੀ ਕਿੱਦਾਂ? ਸ਼ਹਿਦ ਕਦੀ ਵੇਖਿਆ ਤੁਸੀਂ? ਜਿਹੜੇ ਅਸਲੀ ਸ਼ਹਿਦ ਹੁੰਦੇ ਨੇ ਉਹਨਾਂ ਦੇ ਸ਼ਹਿਦ ਵਿੱਚ, ਮੱਖੀਆਂ ਦੇ ਸ਼ਹਿਦ ਵਿੱਚ, ਉਹਨਾਂ ਦੇ ਮੱਖੀਆਂ ਦੇ ਸ਼ਹਿਦ ਵਿੱਚ ਸਰੋਂ ਦੇ ਫੁੱਲਾਂ ਦੀ ਖੁਸ਼ਬੂ ਹੁੰਦੀ ਹੈ। ਕਿਉਂ? ਬੋਲੋ, ਮੱਖੀਆਂ ਦੇ ਸ਼ਹਿਦ ਵਿੱਚ ਜਦੋਂ ਸਰੋਂ ਦੇ ਫੁੱਲਾਂ ਦੇ ਪੈਂਦੀਆਂ ਨੇ ਤੇ ਸ਼ਹਿਦ ਵਿੱਚ ਖੁਸ਼ਬੂ ਸਰੋਂ ਦੀ, ਜਦੋਂ ਸਫੈਦਿਆਂ ਦੇ ਫੁੱਲਾਂ 'ਤੇ ਬੈਠੀਆਂ ਨੇ ਸ਼ਹਿਦ ਵਿੱਚ ਖੁਸ਼ਬੂ ਸਫੈਦਿਆਂ ਨੇ, ਉੱਤੇ ਵੀ ਚਾਰਾਂ ਵੀ ਚੀਜ਼ਾਂ ਖਾਇਆ ਕਰੋ। ਕੀ ਖਾਂਦੇ? ਚਾਟ। ਚਾਟ ਕੀ ਹੁੰਦਾ? ਬੋਲੋ, ਚਾਟ ਕੀ ਹੁੰਦਾ? ਬੋਲੋ ਕੁੱਤੇ ਭਾਅ ਜੀ ਨੂੰ ਪੁੱਛਿਓ, ਭਾਅ ਜੀ ਚਾਟ ਕੀ ਹੁੰਦਾ? ਤੂੰ ਦੱਸੇਗਾ, ਦੁੱਧ ਪਾਓ, ਮੈਂ ਤੁਹਾਨੂੰ ਦੱਸ ਦੇ ਚਾਟ ਕੀ ਹੁੰਦਾ। ਤੁਸੀਂ ਜਿਹੜੇ ਦੁੱਧ ਪਾ ਕੇ ਦੇਖਿਓ ਅਤੇ ਉਹ ਫਿਰ ਚੁੱਪ ਕਰਕੇ ਕੀ ਕਰਾ ਕੇ ਪੀ ਜਾਂਦਾ ਨਾ ਨਹੀਂ? ਬੋਲੋ ਬੋਲੋ ਕਿ ਨਹੀਂ? ਸੋਚੇ ਪਨੀਰ ਉੱਠ ਕੇ ਦੱਸ ਦੇ, ਕੁੱਤਾ ਨਹੀਂ ਦੇਖਿਆ ਖਾ ਉੱਠ ਕੇ ਦੱਸ ਨਾ। ਲਓ ਜੀ ਤੁਹਾਨੂੰ ਭਾਅ ਜੀ ਨੇ ਜਵਾਬ ਦੇਣਾ, ਕੁੱਤਾ ਦੇਖਿਆ ਕਦੇ? ਤੁਹਾਡੇ ਪਿੰਡ ਕੁੱਤੇ ਤਾਂ ਨਹੀਂ ਹੈਗੇ? ਬੱਚਿਆਂ ਨੂੰ ਵੀ ਜ਼ਿਆਦਾ ਅੱਛਾ ਕੁੱਤੇ ਹੈ ਤੇ ਕੁੱਤੇ ਨੂੰ ਕਦੀ ਦੁੱਧ ਪੀਂਦਾ ਦੇਖਿਓ?
ਕੀ ਗਲਤ ਪੀਂਦਾ ਹੈ ਨਹੀਂ ਹੈ, ਹੱਥ ਤੇ ਲਾਉਂਦਾ ਹੀ ਨਹੀਂ ਉਹ, ਹੱਥ ਉਹ ਤਾਂ ਕਰਦਾ ਕਹਿ ਹੱਥ ਨਾਲ ਨਹੀਂ ਖਾਂਦਾ, ਕਹਿ ਜੀਭ ਨਾਲ ਚੱਟਦਾ, ਕਹਿ ਭਾਜੀ ਸੁਣ ਲੇ ਚੱਟਣ ਦਾ ਮਤਲਬ ਹੈ ਜ਼ੁਬਾਨ ਨਾਲ ਚੱਟਣਾ, ਇੱਦਾਂ ਕਿਸੇ ਔਰਤ ਵਾਸਤੇ ਚਾਟ ਖਾਣਾ ਮਿੱਟੀ ਖਾਣੀ ਬੜੀਆਂ ਚੀਜ਼ਾਂ ਖਾਣੀਆਂ ਨੇ, ਕਲੀ ਵੀ ਖਾਣੀਆਂ ਦਸਵੇਂ, ਪਰ ਇਹ ਚੀਜ਼ਾਂ ਤੁਹਾਡੇ ਨਸੀਬ ਨਹੀਂ। ਬੋਲੋ, ਪਿਛਲੀ ਵਾਰੀ ਸੁਣਿਆ ਸੀ ਕਹਿੰਦੇ ਸੀ ਸ਼ਹਿਰਾਂ ਇੰਨਾ ਦੇਰ ਕਿਉਂ ਲੱਗੀ ਖੁਦਾ, ਕਹਿੰਦਾ ਲੋਕ ਬੱਚੇ ਪੈਦਾ ਕਰਦੀਆਂ ਨੇ ਤੇ ਸ਼ਹਿਰਾਂ ਤੂੰ ਬੱਚੇ ਨਹੀਂ ਪੈਦਾ ਕਰਨੀਆਂ, ਤੂੰ ਜਲਾਲ ਨੂੰ ਪੈਦਾ ਕਰਨੀਆਂ, ਸਮਝੇ ਠੀਕ ਹੈ। ਹੁਣ ਬੋਲੋ, ਚਾਟ ਉਹਨੂੰ ਕਹਿੰਦੇ ਹਨ ਜਿਹੜਾ ਜ਼ੁਬਾਨ ਨਾਲ ਚੱਟਿਆ ਜਾਏ, ਨਹੀਂ ਸਮਝੇ, ਤੇ ਇਹ ਜੋ ਲਫ਼ਜ਼ ਚਾਟ ਆ ਨਾ, ਬੋਲੋ ਖੁਦਾ ਨੇ ਤੁਹਾਨੂੰ ਹੱਥ ਦਿੱਤੇ ਆ, ਬੋਲੋ ਚਾਟ ਖਾਣ ਵਾਸਤੇ ਨਹੀਂ, ਪੀਣ ਵਾਸਤੇ, ਖਾਣ ਵਾਸਤੇ। ਹੰਨਾ ਰੁਕਿਆ, ਖੁਦਾ ਨੇ ਜੇ ਚਾਹੁੰਦੀ ਆ ਇਹ ਪੇਟ ਦਾ ਫਲ ਨਦਾਂਦਾ ਹੋਵੇ, ਨਦਾਂਦਾ ਹੋਵੇ ਨਦਾਂਦਾ, ਤੇ ਜਦੋਂ ਭੁੱਖ ਵਿੱਚ ਬੇਟੇ ਨੇ ਆਉਣਾ ਤੇ ਤੂੰ ਖੱਟਾ ਖਾਣਾ ਬੰਦ ਕਰ, ਕਿਹੜੀ ਬੀਬੀ ਭਲੇ ਜਾਂਦੀ ਹੈ। ਨੰਬਰ ਦੋ, ਖੱਟੀ ਕੋਈ ਵੀ ਚੀਜ਼ ਨਹੀਂ ਖਾਣੀ, ਉੱਥੋਂ ਕਿਉਂ, ਕਿਉਂਕਿ ਜਿਹੜੀ ਤੇਰੀ ਸੰਤਾਨ ਹੋਈ ਹੈ ਨਾ, ਤੇਰੇ ਪੁੱਖ ਦਾ ਫਲ ਜਿਹੜਾ ਹੈਗਾ ਫਲ ਉਹ ਨੂਰਾਨੀ ਹੋਵੇਗਾ ਤੇ ਜਲਾਨੀ ਹੋਵੇਗਾ। ਚਾਹੁੰਦੀਆਂ ਨੇ ਕਿ ਧੀਆਂ ਨੂੰ ਤੇ ਨੌਹਾਂ ਨੂੰ ਖੱਟਾ ਖਾਣਾ ਬੰਦ ਕਰੋ, ਜਿਹਦੇ ਸਾਰੇ ਨੇ ਉਹ ਗੱਲ ਕਹਿਣੀ ਹੈ, ਬਰੈਕ ਜਾਂਦਾ ਨਿਕਲਿਆ, ਬਰੈਕ ਜਾਂਦਾ ਨਿਕਲਿਆ, ਇਹ ਉਦਾਂ ਦਾ ਨਿਕਲਿਆ ਜਿੱਦਾਂ ਦਾ ਮਾਲ ਖਾਂਦਾ। ਬਹੁਤ ਬੀਬੀਆਂ ਪੁੱਛਦੀਆਂ ਨੇ ਗੀਤਾਂ ਨੂੰ, ਕਹਿੰਦੇ ਨੇ ਤੂੰ ਕੀ ਖਾ ਕੇ ਪਹਿਲਾਂ ਕੀਤਾ ਸੁਣ, ਉਹ ਖਾਣਾ ਖਾਦਾ ਹੈ ਕਿ ਉਹਨਾਂ ਨੂੰ ਜਿੱਥੇ ਜਿੱਥੇ ਉਹਦੇ ਖੂਨ ਦੀਆਂ ਬੂੰਦਾਂ ਨੇ ਉੱਥੇ ਉੱਥੇ ਸੇਵਕ ਵੀ ਨਾਲ, ਸੇਵਕ ਵੀ ਨਹੀਂ ਨਾਲ ਰਾਜੀ ਵੀ ਪੈਦਾ ਹੋ ਜਾਵੇ। ਗੱਲ ਖਾਣ ਤੇ ਮੁੱਕਣੀ ਹੈ, ਗੱਲ ਤੇਰੀ ਖੁਰਾਕ ਤੇ ਮੁੱਕਣੀ ਹੈ। ਬੋਲੋ, ਖੁਰਾਕ ਤੂੰ ਖਾਏਗੀ ਬੱਚੇ ਦੇ ਲਈ, ਆਲਾ ਕਿਸਮ ਦਾ
ਸੁਗੰਧ ਪੈਦਾ ਹੋਵੇ। ਬੋਲੋ ਜੇ ਮਾਝ ਫਲਾਂ ਦੇ ਛਿੱਲੇ ਖਾ ਕੇ ਦੁੱਧ ਵੱਖਰਾ ਹੁੰਦਾ ਹੈ ਤੇ ਤਾਂ ਵੀ ਤੁਹਾਨੂੰ ਪਤਾ, ਤੁਹਾਨੂੰ ਸਾਰਿਆਂ ਨੂੰ ਪਤਾ, ਗਾਲਾਂ ਮੱਝਾਂ ਨੂੰ ਮਾਲਕ ਨਹੀਂ ਪਾਉਂਦਾ। ਤੁਸੀਂ ਕਦੀ ਡੰਗਰ ਦੇਖੇ ਨੇ ਭਾਜੀ? ਭਾਜੀ ਭਾਜੀ ਡੰਗਰ ਦੇਖੇ ਨੇ ਕਦੀ? ਤੁਸੀਂ ਉਦੋਂ ਲਿਆਂਦਾ ਸੀ ਦੁੱਧ ਦਾ, ਮੱਝ ਦਾ ਦੁੱਧ ਦਾ ਲਿਆਂਦਾ ਨਹੀਂ ਕਰਿਆ ਗਿਆ? ਆਹੋ ਗੁਰੂ ਤੇ ਡੰਗਰ ਦਾ ਸੀ, ਮੰਨ ਗਿਆ ਨਾ ਮੰਨ ਗਿਆ। ਡੰਗਰਾਂ ਦੇ ਦੁੱਧ ਨੂੰ ਕਦੀ ਦੇਖਿਆ? ਮਸ਼ੀਨ ਤੇ ਖੜਦੇ ਹੋ ਕਿਹਦਾ ਰੇਟ? ਕਿਹਦਾ ਰੇਟ? 100 ਪੁੱਛ ਰੇਟ ਤੁਸੀਂ ਬਣਾਉਂਦੇ ਹੋ ਕਿ ਡੰਗਰ? ਦੱਸੋ ਭਰਾ ਯਾਰ ਬੜਾ ਜਾਣ ਸਕਦਾ। ਉਹ ਮੁੰਡਾ ਸਵਾਲ ਕਰਦਾ ਵੀ ਦੁੱਧ ਦਾ ਰੇਟ ਤੁਸੀਂ ਵਧਾਉਂਦੇ ਹੋ ਘਟਾਉਂਦੇ ਹੋ ਕਿ ਤੁਹਾਡੀ ਮੱਝ ਘਟਾਉਂਦੀ ਵਧਾਉਂਦੀ ਆ? ਪੁੱਛ ਕਰ ਕਹਿ ਵੀ ਦੁੱਧ ਦਾ ਰੇਟ ਘਟਾਉਂਦੀ ਵਧਾਉਂਦੀ ਆ ਮੱਝ? ਦੱਸੋ ਬਈ, ਦੱਸੋ ਬੋਲੋ ਕਹਿ ਦੁੱਧ ਦਾ ਰੇਟ ਇਤਨਾ ਵੱਧਦਾ ਘਟਦਾ? ਪਾਣੀ ਵੱਧ ਪਾਓ ਰੇਟ ਘੱਟ, ਤੇ ਖਰਾ ਰੇਟ ਜੇਬ 100 ਸਮਝ ਗਏ? ਹੱਥ ਬੜਾ ਕਰ ਲਓ ਯਾਰ, ਨਿਆਣਾ ਵਿਚਾਰਾ। ਹਾਂ ਚਲੋ ਮੰਨ ਗਏ ਕਿ ਹੁਣ ਰੇਟ ਮੱਝ ਘਟਾਉਂਦੀ ਘਟਾਉਂਦੀ ਹੈ ਕਿ ਬੰਦੇ? ਇਹ ਰੇਟ ਵੱਧ ਘੱਟ ਗੇਟੇ ਜਾਣ ਵਾਲੇ ਘਟਾਉਂਦੇ ਨਹੀਂ ਹੈ ਕਿ ਮੱਝ? ਇਹ ਗੁਰਦੁਆਰੇ ਜਾਣ ਵਾਲੇ ਉੱਥੇ ਰੇਟ ਘਟਾਉਂਦੇ ਵਧਾਉਂਦੇ ਨੇ ਕਿ ਮੱਝ? ਇਹ ਗਾਈ ਰੇਟ ਘਟਾਉਂਦੀ ਘਟਾਉਂਦੀ ਆ ਕਿ ਮੰਦਰੇ ਜਾਣ ਵਾਲੇ ਗਿਰਜੇ ਜਾਣ ਵਾਲੇ ਗੁਰਦੁਆਰੇ ਜਾਣ ਵਾਲੇ? ਬੋਲੋ ਡੰਗਰ ਇੱਕ ਵੀ ਨਹੀਂ ਜਿਹਨੇ ਅੱਜ ਤੱਕ ਬੇਈਮਾਨੀ ਕੀਤੀ ਹੋਵੇ, ਤੇ ਤੁਸੀਂ ਕਹਿ ਨਹੀਂ ਸਕਦੇ ਕਿ ਅਸੀਂ ਕਦੀ ਬੇਈਮਾਨੀ ਨਹੀਂ ਕੀਤੀ। ਸੋਨਾ ਦੇ ਪੇਨ ਕੀ ਕੀ ਹੁੰਦੀ ਹੈ? ਛੇ ਥੋੜ੍ਹਾ ਜਿਹਾ ਪੁੱਛਣਾ ਸਿੱਖਣਾ। ਚਲੋ ਬੇਈਮਾਨੀ ਨੰਬਰ ਇੱਕ ਖੁਦਾ ਦੇ ਨਾਲ ਬੇਈਮਾਨੀ ਕਰਦੇ ਨੇ ਕੌਣ? ਇਮਾਨਦਾਰ ਬੰਦੇ ਕਰਦੇ ਹਨ। ਰੱਬ ਦਾ ਦਸਵਾਂ ਹਿੱਸਾ ਮਾਰ ਕੇ ਆਪੇ ਖਾਂਦੇ ਨੇ।
ਇਹ ਰੱਬ ਨਾਲ ਉਹ ਘੱਟ ਨਹੀਂ ਬਣੇ ਰੱਬੋ ਸ਼ਗਨ ਤੋਂ ਜਦੋਂ ਤੂੰ ਰੱਬ ਵਰਗਾ ਹੈਗਾ ਹੈਲੋ ਬੋਲੋ ਦਸਵਾਂ ਹਿੱਸਾ ਤੇਰਾ ਨਹੀਂ ਤੇਰੇ ਨਾਮ ਨੇ ਤੇਰੇ ਨਾਮ ਨੇ ਰੱਬ ਦਾ ਦਸਵੰਦ ਖਾਣ ਵਾਲਾ ਉਹ ਮਲੀਮੂਨ ਆ ਮਲੀਮੂਨ ਫਾਰਸੀ ਦਾ ਲਫ਼ਜ਼ ਆ ਮਲੀਮੂਨ ਮੈਣੇ ਸ਼ਰਾਬੀਆਂ ਦਾ ਸ਼ਰਾਬੀ ਇੰਨੀ ਗਰਮੀ ਜੂਨੀ ਤਾਂ ਇਹੋ ਜਿਹੇ ਕਲਾਕ ਦੀ ਨੀਂਦ ਤਾਂ ਨਹੀਂ ਆਉਂਦੀ ਇਹਦੇ ਬਿਜਲੀ ਨੀਂਦ ਵੀ ਉਠਕਾਉਣ ਨੀਂਦ ਵੈਸੇ ਤਾਂ ਉੱਡ ਰਹੀ ਹੈ ਪਰ ਆਪ ਹੀ ਦੱਸੋ ਤੈਨੂੰ ਰੱਬ ਨੇ ਨਾਮ ਦਿੱਤੇ ਨੇ ਕਿ ਦੱਸ ਨਾਮ ਜਦੋਂ ਬਿਮਾਰ ਹੋਵੇ ਉਹਦਾ ਨਾਮ ਬਿਮਾਰ ਤੇ ਜਦੋਂ ਤੰਦਰੁਸਤ ਹੋਏ ਉਹਦਾ ਨਾਮ ਨਾਮ ਬਦ ਨਾਮ ਬੋਲੋ ਉੱਚੀ ਬੋਲੋ ਬੋਲੋਗੇ ਜੇ ਠਾਣਾ ਮੰਨਦੇ ਹੋ ਉੱਚੀ ਬੋਲੋ ਇਹ ਨਾਮ ਬਦ ਨਾਮ ਦਾ ਅਰਥ ਇੱਕ ਜਿਹੜਾ ਦੱਸੋ ਹੱਥ ਖੜਾ ਕਰ ਇਹ ਵੀ ਤੁਹਾਨੂੰ ਚੁੱਪ ਕਰਵਾਉਂਦਾ ਚਲੋ ਦੱਸੋ ਕੌਮ ਬਾਹਰ ਕੌਮ ਕੀ ਹੁੰਦਾ ਜਲਦੀ ਜਲਦੀ ਬੋਲੋ ਥੋੜਾ ਰਹਿ ਗਿਆ ਉਹ ਬੋਲੋ ਬੋਲੋ ਤਿਮਾਈ ਦਾ ਪੁੱਤਰ ਬਾਪ ਤਿਮਾਈ ਬਾਹਰ ਇਹ ਨੌ ਨੰਬਰ ਬੋਲੋ ਉਸੇ ਨੌ ਨੰਬਰ ਦਸਤ ਦਿੱਤਾ ਇਮਾਨਦਾਰ ਨੂੰ ਬੋਲੋ ਨੌ ਨੰਬਰ ਦਿੱਤਾ ਇਮਾਨਦਾਰ ਨੂੰ ਸਾਰੇ ਬੱਚੇ ਬੋਲੋ ਨੌ ਨੰਬਰ ਇਮਾਨਦਾਰ ਨੂੰ ਦਿੱਤਾ ਨੌ ਨੰਬਰ ਇਮਾਨਦਾਰ ਦਾ ਕਿਉਂਕਿ ਜਿਹੜੇ ਰੂਹ ਤੋਂ ਪੈਦਾ ਹੁੰਦੇ ਨੇ ਉਹ ਰੂਹ ਹੁੰਦੇ ਹਨ ਯੋਨਾ ਦੀ ਅੰਜੀਰ ਬੋਲੋ
ਬਾਪ ਤਿੰਨ ਐਤ ਅੱਠ ਇਹ ਰੂਹ ਤੋਂ ਪੈਦਾ ਹੋਏ ਹੋਇਆਂ ਦਾ ਨੰਬਰ ਹੈ ਨੌ ਨਵਾਂ ਨੇਤਾ ਦਾ ਨੰਬਰ ਨੇਤਾ ਕਿੰਨੀਆਂ ਬੋਲੋਗੇ ਕਿ ਮੁੰਡੇ ਦੀ ਥਾਂ ਉਹਦੀ ਅੱਖੇ ਲੱਗ ਗਈ ਤੁਸੀਂ ਇਹ ਬੰਦਾ ਜਦੋਂ ਤੰਦਰੁਸਤ ਹੋਵੇ ਤੇ ਬਿਮਾਰੀ ਵਿੱਚੋਂ ਨਿਕਲ ਜਾਏ ਤਾਂ ਉਹਨੂੰ ਕੀ ਕਹਿੰਦੇ ਨੇ Yeah.
ਅਜੇ ਤੇ ਇਹ ਸਵਾਦ ਲੈਣਾ ਤੇ ਜਿਹਨੂੰ ਇਹ ਸਵਾਦ ਨਾ ਆਇਆ ਲੰਗਰ ਦੀ ਜੋ ਮਰਜ਼ੀ ਖਾਓ ਬਰਕਤ ਨਹੀਂ ਮਿਲਣੀ। ਬਰਕਤ ਪਹਿਲਾਂ ਇਹ ਖਾਣਾ ਤੇ ਫਿਰ ਉਹ ਖਾਣਾ ਜਿਹੜਾ ਤੁਹਾਡੇ ਵਾਸਤੇ ਪਕਾਇਆ ਗਿਆ। ਸੁਣਿਆ ਸਮਝ ਹਾਂਜੀ ਠੀਕ ਹੈ ਕਾ ਠੀਕ ਹੈ ਇਹਦਾ ਕਰਨ ਬੜੀ ਸੰਕਲਪ ਇਹ ਅਗਲੇ ਤੁਹਾਨੂੰ ਗੇਟੀਆਂ ਦੱਸਣਗੀਆਂ ਤਾਲੀ ਵਜਾ ਨੀਆਂ ਨਿੱਕੀਆਂ ਕੁੜੀਆਂ ਤੁਹਾਨੂੰ ਤੁਹਾਨੂੰ ਸ਼ਿਆਣਿਆਂ ਨੂੰ ਤਾਲੀ ਵਜਾਉਣ ਦੀ ਯਾਦ ਦੱਸਣਗੀਆਂ। ਦਸਵੰਤ ਇਸ ਲਈ ਦੇਣਾ ਇਹ ਸਾਡਾ ਨਹੀਂ ਇਹ ਖੁਦਾ ਦਾ ਸਾਡੇ ਕੋਲ ਨਾਉ ਨੇ ਇਹ ਸਾਡਾ ਨਾਮ ਨਾਉ ਬਲ ਨਾਉ ਇਹ ਸਾਡਾ ਨਾਮ ਨਾਉ ਬਲ ਨਾਉ ਤੇ ਇਹਨੇ ਦਸਵੰਤ ਦੇ ਕੇਲੇ ਲੈ ਕੇ ਨਹੀਂ ਮੰਨਣੇ ਰੱਬ ਬਣ ਕੇ ਨਾਮ ਨੰਬਰ ਬਣਨਾ ਦਸਵਾਂ ਨਹੀਂ ਬਣਨਾ ਉਦੋਂ ਫਿਰ ਤੁਹਾਨੂੰ ਫਿਰ ਇਹ ਕਿਹਾ ਜਾਏਗਾ ਕਿ ਬੰਦਾ ਦਸ ਨੰਬਰੀ ਚਲੋ ਖੜਾ ਕਰੋ ਜਿਹੜੇ ਖੁਸ਼ ਨੇ ਵੀ ਸਾਨੂੰ ਲੋਕੀ ਦਸ ਨੰਬਰੀ ਆ ਲੈਣ ਬੜੇ ਚਲਾਵ ਇੱਕ ਮਹੀਨੇ ਦੇ ਵੀ ਕਹਿੰਦੇ ਤੂੰ ਕਿਹੜੀ ਪੜ੍ਹੀ ਲਿਖੀ ਹੈ ਤੈਨੂੰ ਕੀ ਪਤਾ 500 ਦੇ ਨੋਟ ਦੀਆਂ ਪਰਚੀਆਂ ਕਹਾਂ ਲਾਉਂਦੀਆਂ ਕਿੰਨੀਆਂ ਹੋਈਆਂ ਕਹਿੰਦੀ 40 ਹੋਰ ਹੋਣੀ ਖੁਦਾ ਮੇਰੀ ਖੁਦਾ ਪਹਿਲੀ ਵਾਰ ਸੁਣਨਾ ਕਿੱਥੇ ਜਾਂਦੀ ਆਪਣੇ ਬੇਟੇ ਨੂੰ ਵੀ ਕਿਹਾ ਕਰ ਆਪ ਵੀ ਕਿਹਾ ਕਰ ਜੇ ਦਸ ਨੰਬਰੀ ਤੁਹਾਡੇ ਖਾਨਦਾਨ ਜੀ ਨਾ ਹੋਵੇ ਕੋਈ ਤੇ ਫਿਰ ਨਾਮ ਬਲ ਨਾਮ ਕਰੋ ਜੇ ਦਸ ਨੰਬਰੀ ਬਣਨਾ ਆਪ ਤੇ ਤੁਸੀਂ ਬਣਨਾ ਆਪਣੀ ਔਲਾਦ ਨੂੰ ਪੁੱਛੋ ਜਦੋਂ ਦੇਣਾ ਉਹਦੀ ਦਰੀ ਨਹੀਂ ਲਿਆਉਣੀ ਉਹਦਾ ਆਟਾ ਨਹੀਂ ਲਿਆਉਣਾ ਉਹਦੇ ਚੌਲ ਨਹੀਂ ਲਿਆਉਣੇ ਉਹਦਾ ਸੋਡਾ ਨਹੀਂ ਲਿਆਉਣਾ ਉਹ ਤੁਹਾਡਾ ਫਰਜ਼ ਨਹੀਂ ਉਹ ਤੁਹਾਡਾ ਹੱਕ ਨਹੀਂ ਵੀ ਆਪੇ ਹੀ ਇਸਤੇਮਾਲ ਕਰੋ ਰੱਬ ਦੀ ਥਾਂ ਕਿਹਦੇ ਥਾਂ ਉੱਚ ਬੋਲੋ ਰੱਬ ਦੀ ਥਾਂ ਉਸ ਆਪੇ ਹੀ ਇਸਤੇਮਾਲ ਕਰੋ ਇਹ ਤੁਹਾਡਾ ਹੱਕ ਨਹੀਂ ਜਿਹਦਾ ਹੱਕ ਹੈ ਉਹਨੂੰ ਦੇ ਦਿਓ ਉਹ ਆਪੇ ਇਸਤੇਮਾਲ ਕਰੇ ਕਈ ਲੋਕ ਇਤਰਾ ਨਹੀਂ ਕਰਦੇ ਨੇ ਕ
ਕਦੀ ਕੇਲੇ ਲੈ ਆਉਂਦੇ, ਕਦੀ ਬਿਸਕੁਟ ਲੈ ਆਉਂਦੇ, ਕਦੀ ਕੁਛ ਲੈ ਆਉਂਦਾ, ਕਦੀ ਕੁਛ ਲੈ ਆਉਂਦਾ। ਹੁਣ ਬੋਲੋ 30% ਤੁਹਾਡਾ ਸਰਕਾਰ 30% ਤੁਹਾਡੇ ਕੋਲ ਵਸੂਲ ਕਰ ਰਹੀ ਆ। ਤੇ ਨਾ ਗਿਆ ਕਰੋ, ਬੋਲੋ ਨਾ ਗਿਆ ਕਰੋ। ਨਾ ਬੋਲੋ ਤੁਹਾਨੂੰ ਚੀਜ਼ ਹੀ ਨਹੀਂ ਮਿਲਣੀ। ਕੱਪੜਾ ਲੈਣ ਜਾਓ, ਉਹਨੂੰ ਕਹਿ ਲਓ ਦੁਕਾਨਦਾਰ ਨੂੰ 30% ਨਹੀਂ ਉਹ ਦੇਣਾ, 100% ਹੀ ਦੇਣਾ ਤੇ ਦੇ ਕੱਪੜਾ। ਉਹਨੇ ਕਹਿਣਾ ਉਹਦੇ ਦੁਕਾਨ ਨੂੰ ਕੋਈ ਨਹੀਂ ਜਿੱਤੇ 100 ਦਾ 100 ਮਿਲੇ, ਉਹਦੇ ਤੁਹਾਨੂੰ ਦੇਣਾ ਪੈਣਾ 30%। ਹੁਣ ਦੱਸੋ ਉੱਥੇ 30% ਦੇਣਾ ਸੌਖਾ ਹੈ ਤੇ ਤੁਹਾਨੂੰ 10 ਨੰਬਰ ਜਾਂ ਕੋਈ ਕਵੇ ਤੇ ਬੇਬੀ ਖੁਸ਼ ਹੋ। ਬੋਲੋ ਰੱਬ ਨੂੰ ਕਹਿੰਦਾ ਸਮਾਂ ਬਣਦਾ, ਬੋਲੋ ਅਨਪੜ੍ਹ ਜਿਹਾ ਰੱਬ ਹੁੰਦਾ, ਉਹ ਅਨਪੜ੍ਹ ਜਿਹਾ ਹੁੰਦਾ। ਜਿਹਨਾਂ ਨੇ ਸੁਣਿਆ ਬੀਬੀਆਂ ਵੀ ਭਾਈ ਵੀ 10 ਨੰਬਰੀਏ ਦਾ ਬਣਾਓ, ਗਲਤੀ ਜਿਹੜਾ ਮਰਜ਼ੀ ਕਰੇ ਪੁਲਿਸ ਵਾਲੇ ਤੁਹਾਡੇ ਪਿੰਡ ਵਿੱਚ ਆਉਣਗੇ ਤੇ ਪਹਿਲਾਂ ਕਹਿਣਗੇ ਇਹ 10 ਨੰਬਰੀਏ ਜਿੰਨੇ ਨੇ ਚੁੱਕ ਲਓ। ਹੱਥ ਖੜਾ ਕਰੋ ਜਿਹਨਾਂ ਨੇ 10 ਨੰਬਰੀਏ ਬਣ ਗਏ। ਸਾਡਾ ਕੰਮ ਲਗਾਓ, ਗੀਤ ਗਾਇਆ ਕਹਿੰਦਾ ਇਹ ਜਿਹੜਾ ਮੁੰਡਾ ਕਿਹੜਾ ਮੁੰਡਾ ਰਾਮ ਮੁੰਡਾ ਇਹ ਆਹ ਮੁੰਡਾ ਸਟੀਫਨ ਮੁੰਡਾ ਇਹ ਰਾਜੂ ਮੁੰਡਾ ਹੈ ਨਾ, ਕੌਣ ਕੌਣ ਚਾਹੁੰਦਾ ਕਿ ਮੇਰੀ ਸੰਤਾਨ 10 ਨੰਬਰੀਆ ਹੋਵੇ। ਫਿਰ ਤੁਹਾਨੂੰ ਸਜਾ ਕਿਹੜੀ ਕਿਹੜੀ ਮਿਲਣੀ, ਬੋਲੋ ਕਿਹੜੀ ਕਿਹੜੀ ਸਜਾ ਹੋਵੇਗੀ। ਤੈਨੂੰ ਬੱਚੇ ਉੱਤੇ ਖੁਦਾ ਨੇ 10 ਨੰਬਰੀਏ ਨਾ ਬਣਾ, ਨਾ ਬਣਾ। ਹੁਣ ਬੋਲੋ ਜਿਹੜਾ ਪੁੱਤਰ 10 ਨੰਬਰੀਆ ਹੋਵੇ ਤੇ ਮਾਂ ਬੋਲੇ ਉਹਦੇ ਖੁਸ਼ੀ ਨਹੀਂ ਕਿ ਨਹੀਂ। ਫਿਰ ਕਹਿੰਦੇ ਨੇ ਇਹ ਕਿਹੜਾ ਮੁੰਡਾ, ਕਹਿੰਦੇ ਉਸ ਮਾਂ ਦਾ, ਕਹਿੰਦੇ ਨੇ ਉਹ ਚੋਰ ਨੂੰ ਛੱਡੋ, ਪਹਿਲਾਂ ਚੋਰ ਦੀ ਮਾਂ ਨੂੰ ਮਾਰੋ ਜਿਹਨੇ 10 ਨੰਬਰੀਏ ਪੈਦਾ ਕੀਤੇ। ਲੋਕ ਦਸ ਨੰਬਰੀਏ ਬਣਾ, 9 ਨੰਬਰੀਏ ਬੋਲੋ 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 ਉੱਚੀ ਬੋਲੋ ਯਾਰ ਬੋਲੋ। ਹੁਣ ਮੇਰੇ ਕੋਲ ਠੀਕ ਹੈ ਜੀ ਮਰੀਜ਼, 9 ਨੰਬਰ 9 ਇਹ ਹੁਣ 9 ਨੰਬਰ ਪਾ ਚੁੱਕਾ, ਬੋਲੋ ਉਸੇ
ਦਸ ਬੰਦਾ ਦਸ ਨਾ ਬਣੇ ਸਕੂਲੇ ਗਿਆ ਦਾਦੀ ਦਾ ਨਾਲ ਇਹਨੇ ਸੇਬ ਦਾ ਬਣਿਆ ਹੁੰਦਾ ਰੋਲ ਜਿਹਾ ਉਹਦੇ ਵਿੱਚ ਬੱਚੇ ਰੰਗ ਭਰਦੇ ਨੇ ਇਹਨਾਂ ਨੇ ਰੰਗ ਭਰ ਲਿਆ ਅਤੇ ਰੰਗ ਭਰ ਕੇ ਲੈ ਗਿਆ ਇਹਨੇ ਭੂਈ ਨੂੰ ਪੁੱਛਿਆ ਭੂਈ ਮੈਂ ਸਹੀ ਭਰਿਆ ਕਿ ਗਲਤ ਕਹਿੰਦੀ ਇੱਥੇ ਗਲਤ ਆ ਕਿ ਫਿਰ ਇਹਨੇ ਵਧਾਉਣੀ ਕੀ ਕਰਾਂ ਕਹਿੰਦੀ ਕੋਈ ਗੱਲ ਨਹੀਂ ਜਾ ਕੇ ਦੱਸ ਦੀ ਹੁਣ ਮੈਂ ਇਹਨੇ ਨਹੀਂ ਪੁੱਛਦੀ ਕੌਣ ਸੁਣ ਇਹਨੇ ਕਲਾਸਾਂ ਦਾ ਪ੍ਰਭਾਵ ਕੀਤੀਆਂ ਚੌਥੀ ਵੀ ਕੋਚ ਨਹੀਂ ਸੀ ਅਸੀਂ ਜੋ ਗਏ ਚੌਥੀ ਸੁਣਦੇ ਮੈਡਮ ਕਹਿੰਦੀ ਹੈ ਦੇਖੋ ਅੱਜ ਕੱਲ੍ਹ ਦੇ ਗੁਰੂ ਕਿਸ ਤਰ੍ਹਾਂ ਦੇ ਹੁੰਦੇ ਨੇ ਉਸਤਾਦ ਕਿਸ ਤਰ੍ਹਾਂ ਦੇ ਹੁੰਦੇ ਨੇ ਅੰਨੇ ਨੂੰ ਉਹਨਾਂ ਰਾਜ ਪਾਦੇ ਰਾਜੇ ਦੋਵੇਂ ਤਰ ਜਾਣਗੇ ਜੀ ਬੋਲੋ ਬਲਾ ਜਾ ਮੇਰੇ ਅੱਖ ਬੋਲੋ ਅੰਨੇ ਨੂੰ ਉਹਨਾਂ ਗਾਲ ਖਾਲੇ ਤੇ ਦੋਵੇਂ ਟੋਏ ਚ ਅੰਨੇ ਨੂੰ ਉਹਨਾਂ ਗਾਲ ਖਾਲੇ ਤੇ ਦਸ ਬੰਦਾ ਦਸ ਸਾਰੇ ਟੋਇਆਂ ਵਿੱਚ ਹੀ ਨੇ ਅਗਲੀ ਵਾਰੀ ਬੇਟੀਆਂ ਨੇ ਇਹ ਟੀਮ ਨੇ ਤਿਆਰ ਹੋਣਾ ਹੁਣ ਸੁਣੋ ਬੋਲੋ ਜਿਹੜੇ ਰੂਹ ਤੋਂ ਪੈਦਾ ਹੁੰਦੇ ਉਹਨਾਂ ਦਾ ਨਾਮ ਦਸ ਨੰਬਰੀਆ ਨਹੀਂ ਉਹਨਾਂ ਦਾ ਨਾਮ ਹੈ ਨੌ ਨੰਬਰੀਆ ਭਾਵੇਂ ਤੁਸੀਂ ਪਾਦਰੀ ਸਾਹਿਬ ਹੋਵੋ ਭਾਵੇਂ ਜੱਜ ਹੋਵੋ ਤੁਸੀਂ ਵੀ ਅੱਜ ਤੋਂ ਨੌ ਨੰਬਰੀਆ ਬਣੋ ਭਾਵੇਂ ਤੁਸੀਂ ਟੀਚਰ ਹੋਵੋ ਤੁਸੀਂ ਵੀ ਅੱਜ ਤੋਂ ਨੌ ਨੰਬਰੀਆ ਬਣੋ ਤੇ ਨੌ ਨੰਬਰੀਆ ਬੋਲੋ ਨੌ ਨੰਬਰੀਆ ਮਾਂ ਹੋਵੇਗੀ ਤੇ ਦੁੱਧ ਵੀ ਨੌ ਨੰਬਰੀਆ ਹੋਵੇਗਾ ਫਿਰ ਜਲਾਲ ਪੈਦਾ ਕਰਿਆ ਕਰੋ ਹੁਣ ਦਸਵੇਂ ਸਦਾ ਮਾਲ ਲੈ ਕੇ ਜਾ ਕਰੋਗੇ ਤੈਨੂੰ ਸਿੱਧਾ ਦਸਵੇਂ ਸਦਾ ਆਪਣੀ ਦਿਆ ਕਰੋਗੇ ਜਦੋਂ ਬੋਲੋ ਹਰ ਗਈ ਨੂੰ ਕਿਆ ਕਰੋਗੇ ਜੇ ਤੁਸੀਂ ਦਿਲ ਵਾਲੇ ਰੱਬ ਦੇ ਬੇਬੇ ਤੇ ਮੋਨੇ ਵੀ ਖੜੇ ਹੋ ਗਏ ਉਹ ਨਾ ਖੜਾ ਹੋਵੇ ਜਿਹਨੇ ਦਸ ਨੰਬਰੀਆ ਬਣਨਾ ਉਹ ਨਾ ਖੜੀ ਹੋਵੇ ਜਿਹਨੇ ਦਸ ਨੰਬਰੀਆ ਬੱਚੇ ਨੂੰ ਦੁੱਧ ਪਿਲਾਉਣਾ ਤਾਂ ਕਿ ਬੱਚਾ ਦੁੱਧ ਤੇ ਦੁੱਧ ਪਾ ਕੇ ਦਸ ਨੰਬਰੀਆ ਬਣੇ ਹੁਣ ਹੱਥ ਖਾ ਕੇ ਦੁਆ ਕਰੋ
Thank you.
ਆਪਣੀ ਬੇਟੀ ਨੂੰ ਸਾਰੇ ਭੇਦਾਂ ਨੂੰ ਖੋਲ ਖੋਲ ਕੇ ਤੂੰ ਆਪਣਾ ਕਲਾਮ ਦਿੱਤਾ ਤੇ ਨਿਹਾਇਤ ਸ਼ੁਕਰ ਗੁਜ਼ਾਰ ਹਾਂ। ਐਸੇ ਇਹਨਾਂ ਦੀ ਫਜ਼ਲ ਰੱਖਣਾ ਪ੍ਰਭੂ ਯਿਸੂ ਦੇ ਨਾਮ, ਆਮੀਨ। ਪ੍ਰਭੂ ਯਿਸੂ ਮਸੀਹ ਦਾ ਫਜ਼ਲ ਅਸਾਂ ਸਭਨਾਂ ਉੱਤੇ ਹੋ ਜਾਵੇ ਤੇ ਹਮੇਸ਼ਾ ਹਮੇਸ਼ਾ ਤੱਕ ਤਮਾਮ ਇਮਾਨ ਦਾ ਮੁਕੱਦਸ ਨਾਮ ਹੁੰਦਾ ਰਹੇ।